ਆਪਾਂ ਆਪਣੇ ਜੋਗਰੀ ਜ਼ਰੂਰ ਰੱਖਿਆ ਕਰੋ ਯਾਰ, ਐਂ ਫਿਰ ਆਪਣਾ ਲੈ ਕੇ ਆਪਾਂ ਵੇਚੀ ਜਾਓ, ਬਣਾ ਕੇ ਮਿਹਨਤ ਕਰਕੇ ਮੱਥਾ ਮੋਹ ਮਾਰਨਾ ਪੈਂਦਾ। ਤੈਨੂੰ ਤਾਂ ਦੇਵਾਂਗੇ, ਬੋਲੇ ਕੋਈ ਨਾ। ਹੈ ਠੀਕ ਆ ਜੀ, ਕੀ ਹਾਲ ਨੇ? ਬਹੁਤ ਵਧੀਆ ਜੀ। ਉਹ ਆਪਣੇ ਸੁਖਦੇਵ ਦਾ ਘਰ ਜਾ ਕਿੱਥੇ ਆ ਯਾਰ? ਉਹਨੂੰ ਉਹਦੇ ਤੱਕ ਕੰਮ ਆ ਜੀ ਕੋਈ। ਉਹ ਯਾਰ ਤੈਂ ਕੰਮ ਤੋਂ ਕੀ ਲੈਣਾ, ਜਿੰਨਾ ਤੈਨੂੰ ਪੁੱਛਿਆ ਨਾ ਉਹਨਾਂ ਜਵਾਬ ਦੇ। ਅੱਛਾ ਜੀ, ਐਂ ਕਰੋ ਜੀ, ਸਰ ਜੀ ਮਾਈ ਬਾਪ ਥਾਣੇਦਾਰ ਜੀ। ਨੌ ਮੁੰਡੇ ਮਾ ਹਜੇ ਜੋਟੀ, ਮਹੀਨਾ ਲੈ ਜੂ ਜੋਟੀ ਹਜੇ, ਇਹ ਸੂਗੀ ਜਦੋਂ ਦੀਵਾਲੀ ਜੀ ਦਾ ਟਾਈਮ ਆਇਆ ਉਦੋਂ ਸੂ, ਹਜੇ ਲਓ ਬਈ ਮਹੀਨਾ ਦੋ ਮਹੀਨੇ। ਓ ਸਿੰਮੂ, ਬਾਪੂ ਤੇਰੀ ਮੰਮੀ ਕਿੱਥੇ ਆ? ਮੰਮੀ ਨੀ ਹੈਗੀ ਯਾਰ, ਮਾਸੀ ਆ ਮੇਰੀ ਉਹ। ਉਹ ਚੱਲ ਜਿਹੜੀ ਵੀ ਹੈਗੀ, ਆਖਰ ਨੂੰ ਤਾਂ ਤੇਰੀ ਮਾਂ ਹੀ ਆ, ਜੇ ਤੇਰੀ ਮਾਂ ਮਰ ਗਈ ਤਾਂ ਤੇਰੀ ਮੈਂ ਮਾਸੀ ਲਿਆਤੀ, ਤੇਰੀ ਆਖਰ ਨੂੰ ਮੰਮੀ ਆਹੋ ਪੁੱਤਾ। ਥੋੜ੍ਹਾ ਮੋਟਾ ਨੂੰ ਮੰਮੀ ਕਹਿ ਲਿਆ ਕਰ, ਮੇਰੇ ਨਾਲ ਬਥੇਰਾ ਰਾਤ ਲੜੀ ਆ, ਕਹਿੰਦੀ ਮੈਂ ਤਾਂ ਇੰਨਾ ਕਰਦੀ ਹਾਂ, ਕਹਿੰਦੀ ਸਿੰਮੂ ਦਾ, ਕਹਿੰਦੀ ਮੈਨੂੰ ਮਾਸੀ ਮਾਸੀ, ਕਹਿੰਦੀ ਮੈਨੂੰ ਉਹ ਪਿਆਰ ਹੀ ਨਹੀਂ ਦਿੰਦਾ ਮਾਂ ਵਾਲਾ, ਕਹਿੰਦੀ ਉਹਦਾ ਆਪਦੀ ਲਾਦ ਬਾਰੇ ਨਹੀਂ ਸੋਚਦੀ, ਤੇਰਾ ਇੰਨਾ ਸੋਚਦੀ ਆ। ਉਹ ਚੱਲ ਚੰਗਾ ਬਾਪੂ, ਕਹਿ ਲਿਆ ਕਰੂੰਗਾ ਮਾਂ ਮੈਂ ਉਹਨੂੰ। ਕਿੱਥੇ ਹੈਗੀ? ਬਾੜੇ ਚ ਹੈਗੀ ਉਹ। ਬਾੜੇ ਚ ਉਹ ਧੜਕੀ ਬਾੜੇ ਚ ਵਗ ਜਾਂਦੀ ਆ, ਕੇਰਾ ਪੁੱਤ ਮਨ ਫਿੱਕਾ ਪੈ ਜੇ, ਕਿੱਥੇ ਫਿਰ ਮਾਤਾਂ ਮਿਲਦੀਆਂ ਨੇ। ਚੰਗਾ ਬਾਪੂ, ਹਾਂ ਕਹਿ ਲੂੰਗਾ ਕਹਿ ਲੂੰਗਾ। ਕਹਿ ਲਿਆ ਕਰ, ਮੰਨ ਲਿਆ ਕਰ ਮੇਰੀ, ਸੰਗ ਨੂੰ ਕੀ ਆ ਮਾੜਾ ਜਿਹਾ ਕਹਿੰਦਾ ਮੰਮੀ ਧੜਕੀ, ਹੋਰ ਮਾੜਾ ਜਿਹਾ ਕਹਿੰਦਾ ਚਾਹ, ਕਿਤੇ ਕਹਿੰਦਾ ਚਾਹ ਪਾ ਦੇ, ਕਿਤੇ ਰੋਟੀ ਮੰਮੀ ਮੰਮੀ ਕਰਕੇ ਖਾ ਲਿਆ ਕਰ ਪੁੱਤ, ਇਹਦਾ ਟਾਈਮ ਡਪਾਉਣਾ ਪਊ। ਉਰੇ ਆ ਗਈ ਹੈ ਤੜਕੀ। ਹੋਰ ਕੰਮ ਵੀ ਤਾਂ ਕਰਨੇ ਆ, ਤੂੰ ਮੇਰੇ ਪਿੱਛੇ ਪਿੱਛੇ ਆ ਜਾਇਆ ਕਰ। ਉਹ ਮਦਾ ਕੰਮ ਆਇਆ। ਹੁਣ ਕੀ ਕੰਮ ਆ ਗਿਆ? ਪਤੀਲਾ ਕਿੱਥੇ ਆ? ਮੈਂ ਤੂੰ ਰੋਜ਼ ਪਤੀਲਾ ਸਾੜ ਕੇ ਰੱਖ ਦਿੰਦਾ, ਮੇਰੇ ਤਾਂ ਮਾਂਜਦੀ ਮਾਂਜਦੀ ਦੇ ਹੱਥ ਵੀ ਥੱਕ ਜਾਂਦੇ ਆ। ਲੈ ਆਪਦਾ ਇੱਕ ਇੱਕ ਨਵਾਂ ਪਤੀਲਾ ਲੈ ਲੈ। ਐ ਕਿਵੇਂ ਦਾ ਨਵਾਂ ਪਤੀਲਾ? ਉਹ ਲੱਗਿਆ ਤਾਂ ਹੋਇਆ ਹੁਣ ਉਹ ਸਾਰਾ ਉੱਤੇ। ਮੈਂ ਮੇਰੇ ਤੋਂ ਨਹੀਂ ਰੋਜ਼ ਰੋਜ਼ ਮਾਂਜ ਹੁੰਦਾ, ਇੱਕ ਤਾਂ ਮੈਂ ਇੱਥੇ ਪਿੰਡ 'ਚ ਮਾਰੀ ਚੱਕ ਕੇ, ਹੈਂ ਚੰਗੀ ਭਲੀ ਮੈਂ ਪੜ੍ਹੀ ਲਿਖੀ, ਮੈਂ ਤਾਂ ਨੌਕਰੀ ਕਰਨੀ ਸੀ, ਨਾਲੇ ਉਹ ਸਿੰਮੂ ਕਿਹੜੇ ਪਾਸੋਂ ਦੱਸ ਮੇਰਾ ਮੁੰਡਾ ਲੱਗਦਾ, ਮੈਨੂੰ ਤਾਂ ਉਹਨੂੰ ਪੁੱਤ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਆ, ਮੇਰੇ ਛੋਟੇ ਭਾਈਆਂ ਵਰਗਾ ਲੱਗਦਾ, ਕਿਹੜੇ ਪਾਸੋਂ ਮੈਂ ਉਹਦੀ ਮਾਂ ਲੱਗਦੀ ਹਾਂ। ਫਿਰ ਮੈਂ ਕਿਹਾ ਦੀਗਾ ਤੇਰੇ ਪਿਓ ਨੂੰ ਮੇਰੇ ਲੜ ਲਾਉਣ ਨੂੰ, ਉਹ ਤਾਂ ਮੰਨੇ ਨਹੀਂ, ਕਹਿੰਦੇ ਜਵਾਕ ਸਾਡਾ ਪਲ ਜੂ। ਮੈਂ ਤਾਂ ਕਿਹਾ ਦੀ ਭਾਈ ਜਿੱਥੇ ਮਰ ਗਈ ਪਰ ਸਿਆਪਾ ਜੂੜ ਵੱਢਿਆ ਗਿਆ, ਉਹ ਤਾਂ ਮੰਨੇ ਨਹੀਂ, ਕਹਿੰਦੇ ਮਾਸੀ ਦਾ ਪਿਆਰ ਮਾਂ ਵਰਗਾ ਹੁੰਦਾ, ਕਹਿੰਦੇ ਚੱਲ ਪਲ ਜੂ ਜਵਾਕ। ਮੈਂ ਤਾਂ ਕਿਹਾ ਦੀ ਵੀ ਭਾਈ ਮੈਂ ਲੇਲੇ ਪੇਪੇ ਕਰਕੇ ਆਪੀ ਪਾੜ ਲੂੰ, ਮੈਥੋਂ ਨਹੀਂ ਸਮਝਦੀ, ਆਪਦਾ ਉਹ ਤਾਂ ਤੋਰਤੀ ਨਾਲ, ਹੁਣ ਮੈਂ ਦੱਸ ਕੀ ਕਰਾਂ। ਮੈਂ ਚੱਲ ਮੇਰੇ ਨਾਲ ਖਾਣੂ ਲੜਦਾ ਲੜਦਾ, ਪਤੀਲਾ ਚਾਹੀਦਾ ਨਾ, ਉਹ ਦੱਬ ਕੇ ਤੇ ਪਿਆ ਚੱਕ ਲੈ, ਦੱਬ ਕੇ ਤੇ ਧਰ ਦੇ, ਰੱਖ ਦੂੰ ਮਾਂਜ ਕੇ ਰੱਖ ਦੂੰ, ਤੇਰਾ ਵੀ ਵਿੱਚ ਕੰਮ ਹੀ ਆ, ਦੱਸ ਮੈਂ ਕਿਹੜਾ ਕੱਲਾ ਖਾਣਾ। ਚੱਲ ਤੂੰ ਜਾ, ਹਾਂ ਲੜਿਆ ਨਾ ਕਰਦੀ ਨਾ, ਜੇ ਇੱਕਾ ਹੋਵੇ ਥਵਾਕ ਹੋਵੇ ਘਰੇ ਕਾਨੂੰ ਮੇਰਾ ਸਾਲਾ ਇਹੋ ਜਿਹਾ ਕੁਛ ਹੋਵੇ। ਦੇਖ ਭਲਾ ਚੱਲ ਪਿਕਣਾ, ਦਾਰੂ ਤਾਂ ਵਧੀਆ ਬੜੀ ਆ, ਟਾਈਮ ਬਹੁਤ ਹੋ ਗਿਆ ਯਾਰ, ਹੈ ਹੁਣ ਤੱਕ ਚੱਲੀਏ ਨਹੀਂ ਯਾਰ। ਨਾ ਨਾ ਵਧੀਆ ਬਣੀ ਜਾਂਦੀ ਆ, ਤੂੰ ਦੇਖ ਲੈ ਮਾੜਾ ਮੋਟਾ ਗੂਗਲ ਆ ਕੇ ਕਿਤੇ ਪਾਣੀ ਨਿਕਲ ਜਾਵੇ। ਨਾ ਨਾ ਨਹੀਂ ਨਿਕਲਦਾ, ਹੈ ਵਧੀਆ ਚੀਜ਼ ਆ, ਵਧੀਆ ਸੱਕ ਸੁੱਕ ਵਧੀਆ ਬਾਰਾ ਅੱਜ ਕਰਾਂ, ਚੱਲਣ ਦੇ ਫਿਰ ਪਾਲਟੀ ਪੂਲਟੀ ਕਰਨੀ। ਕੋਈ ਨਾ ਕੋਈ ਨਾ, ਦੋ ਬੋਤਲਾਂ ਤਾਂ ਮੈਂ ਉਹਨੂੰ ਵੇਚਤੀਆਂ ਪਹਿਲਾਂ ਤੜਕੀ, ਪਹਿਲੀ ਪੈਸੇ ਵੱਟੀ ਆ ਕਰੋ, ਫਿਰ ਕੀ ਕਰੀਏ ਹੁਣ, ਆਪਣੇ ਜੋਗਰੀ ਰੱਖਿਓ। ਨਾ ਨਾ ਤੈਨੂੰ ਦੇਵਾਂਗੇ, ਕੋਈ ਚੱਕਰ ਨਹੀਂ ਤੈਨੂੰ ਦੇਵਾਂਗੇ, ਫਿਰ ਆਪਦਾ ਮੱਥਾ ਮਾਰਦਾ ਕੀ ਫਾਇਦਾ ਹੋਇਆ ਯਾਰ, ਜੇ ਆਪਾਂ ਵੇਚਣੀ ਆ ਫਿਰ ਕੀ ਫਾਇਦਾ। ਬੇ ਸਿੰਮੂ, ਮੈਂ ਨਾਲੇ ਤੇਰੇ ਬਾਪੂ ਨੂੰ ਮਾੜਾ ਮੋਟਾ ਸਮਝਾ ਲਿਆ ਕਰ, ਤੜਕੀ ਉੱਠ ਕੇ ਪੱਠੀ ਚਾੜ ਕੇ ਬਹਿ ਜਾਂਦਾ, ਜੇ ਪਿੰਡ ਚੋਂ ਕਿਸੇ ਨੇ CID ਕਰਤੀ ਨਾ, ਸਾਰੇ ਟੱਬਰ ਦੇ ਪਟੇ ਪਵਾ ਦੂ, ਸਾਰਾ ਪਿੰਡ ਲੱਗਦਾ ਆਪਣੇ ਤੇ। ਉਹ ਮਾਸੀ ਬਾਲਾ ਨਾ ਭਖੇਗਾ, ਜੇ ਮਾੜਾ ਮੋਟਾ ਮਾਲ ਵੱਧ ਕੱਢੂਗਾ ਤਾਂ ਹੀ ਚਾਰ ਪੈਸੇ ਬਣਨਗੇ, ਤਾਂ ਹੀ ਮੈਂ ਬਾਹਰ ਜਾਊਂਗਾ, ਤਾਂ ਹੀ ਜਹਾਜ਼ ਦੀ ਬਾਰੀ ਨੂੰ ਹੱਥ ਪਊਗਾ। ਬੇ ਮੈਨੂੰ ਤਾਂ ਐਂ ਡਰ ਲੱਗਦਾ ਕਿਤੇ ਜਹਾਜ਼ ਦੀ ਬਾਰੀ ਨੂੰ ਹੱਥ ਪਾਉਂਦਾ ਪਾਉਂਦਾ ਪੁਲਿਸ ਦੀ ਜਿਪਸੀ ਨੂੰ ਹੱਥ ਪਵਾ ਦੇ। ਆਹ ਫੜ ਲੈ ਚਾਹ, ਦੇ ਆ ਆਹ ਦੋ ਗਲਾਸ ਕਰ ਦੇ, ਤੇਰਾ ਭੋਲਾ ਚਾਚਾ ਵੀ ਉੱਥੇ ਹੀ ਆ, ਆਹ ਫੜ। ਜਿਹੋ ਜਿਹਾ ਬਾਪ ਉਹੋ ਜਿਹਾ ਪੁੱਤ, ਇਹ ਕਿਹੜਾ ਘਾਟਾ? ਕਾਲਾ ਤਾਂ ਲੈ ਗਿਆ ਪਰਸੋਂ ਬੋਤਲਾ। ਅੱਛਾ, ਹੋਰ ਦਾਰੀ ਦਾਰੀ ਲੈ ਗਿਆ ਮਹਾਰਾਜ, ਆਪਾਂ ਫੜ ਲਿਆ ਮੰਗ ਤੋਂ। ਹੋਰ ਹੋਰ ਯਾਰ, ਫਿਰ ਤਾਂ ਆਪਾਂ ਆਪਣੇ ਜੋਗਰ ਜ਼ਰੂਰ ਰੱਖਿਆ ਕਰੋ ਯਾਰ, ਐਂ ਫਿਰ ਆਪਣਾ ਲੈ ਕੇ ਆਪਾਂ ਵੇਚੀ ਜਾਓ, ਬਣਾ ਕੇ ਮਿਹਨਤ ਕਰਕੇ ਮੱਥਾ ਮੋਹ ਮਾਰਨਾ ਪੈਂਦਾ। ਤੈਨੂੰ ਦੇਵਾਂਗੇ, ਬੋਲੇ ਕੋਈ ਨਾ। ਹੈ ਬਸ ਮਨ ਨੂੰ ਚਾਹ ਵੀ ਕਰਨੀ ਆ, ਪੀਲਾ ਕੋਈ ਨਾ ਬੋਲੇ, ਪੀਲਾ ਪੀਲਾ ਹੁਣ ਤਾਂ ਆਪਾਂ ਇੱਥੇ ਹੀ ਦੇਖਣਾ, ਹੁਣ ਆਪਾਂ ਠੰਡੀ ਕਰਕੇ ਐਂ ਕਰ ਤੂੰ ਹੁਣ ਯਾਰ, ਤੂੰ ਸਿੰਮੂ ਪੁੱਤਾਂ ਐਂ ਕਰ, ਉਹ ਤਾਂ ਬਰਫ ਬੁਰਫ ਲਿਆ ਪਾਣੀ 'ਚ ਪਾ ਕੇ ਠੰਡੀ ਕਰਕੇ, ਉਹਨੂੰ ਆਪਾਂ ਫਿਰ ਹੁਣੇ ਲਾਵਾਂਗੇ। ਪੈਸੇ ਕੀ ਕਰੇਗਾ ਤੂੰ? ਆ ਵੀ ਪੁੱਤਾ ਫੈਸਟੀਵਲ ਤੋਂ ਘੱਟ ਆ, ਇਹ ਕੱਢਾ ਦੇਖ ਲਾ, ਭੱਠਾ ਲਾ ਰੱਖਿਆ ਤੜਕੀ, ਚੱਲ ਠੀਕ ਆ, ਤਿੰਨ ਰੁਪਏ ਰੁਪਏ ਨਾ ਯਾਰ।
दराज चो गए थले पाया 500 रुपया चाकी ले जा मोड़ दी जे इन्हें लगे उन्हें ला के रोक दी जे कोई आया इतने कोई मेरा साला बथेरे फिर देने भानी मारना नहीं देने जवाक जे देख ला 500 ले गया हूं कथो नहीं मैं पेचकी दू ओदा ठीक आ है और कड़ा मेरे थे भाई ਛਾੜਾ ਨਾ ਲੱਗਦੇ ਨੇ ਠੀਕ ਆ ਤੂੰ ਨੂੰ ਤਾਂ ਮਤਲਬ ਲੱਗ ਗਿਆ ਠੀਕ ਆ ਹਾਂ ਤੂੰ ਮੈਨੂੰ ਕੋਈ ਬਣ ਕੇ ਕਰਵਾ ਦੇ ਕਰ ਮੈਂ ਕਰਾ ਲਾਂਗਾ ਯਾਰ ਗੱਲ ਕੀ ਆ ਯਾਰ ਦੇਖ ਲੈ ਆਪਾਂ ਕੰਨੀ दारू ਕੱਢੀ ਉਹ ਪਹਿਲਾਂ ਉਹ ਬਥੇਰੀ ਆ ਆਪਣੇ ਚਾਰ ਬੋਤਲਾਂ ਭਜ ਗਏ ਦੇਖ ਦੇ ਬਿਆਹ ਵਾਲੇ ਉਹ ਉਰੇ ਉਹ ਨਿਕਲ ਜਾ ਓਕੇ ਹਾਲ ਨੇ ਚਾਚਾ ਵਧੀਆ ਵਧੀਆ ਹੋ ਠੀਕ ਹੈ ਵਧੀਆ ਵਧੀਆ ਹੋ ਸੁਣਾ ਵਧੀਆ 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 ਪੜਾਈ ਕਿਵੇਂ ਚੱਲਦੀ ਹੈ ਤੇਰੀ ਪੜਾਈ ਚਾਚੇ ਬਾਗੋ ਬਾਗ ਜਮਾ ਹੈ ਨਾਲ ਵਧੀਆ ਹੋ ਬਾਹਰ ਬੂਦ ਦੀ ਤਿਆਰੀ ਫਿਰ ਕਿਵੇਂ ਚੱਲਦੀ ਹੈ ਆ ਬਾਹਰ ਦਾ ਆਪਣਾ ਬਸ ਚੱਲੀ ਜਾਂਦਾ ਪ੍ਰੋਸੈਸ ਜਦੋਂ ਪਾਸਪੋਰਟ ਬਣ ਕੇ ਆ ਗਿਆ ਆਪਣਾ ਆਪਾਂ ਨਿਕਲ ਚੱਲਾਂਗੇ ਲੈ ਹਲੇ ਬਣਿਆ ਨਹੀਂ ਓਏ ਉਹ ਬਸ ਉਹਦੀ ਵੈਰੀਫਿਕੇਸ਼ਨ ਜੀ ਦਿੰਦੀ ਹੈਗੀ ਉਹ ਜਾ ਤੇ ਤੂੰ ਮੈਨੂੰ ਦੱਸ ਦਿੰਦਾ ਆਪਣਾ ਉੱਥੇ ਨਿਕਾ ਲੱਗਿਆ ਹੋਇਆ ਪਿੰਡੋਂ ਅੱਛਾ ਉਥੋਂ ਕਰਾ ਦਿੰਦੇ ਕੰਮ ਜਾ ਉਹਦਾ 15 ਦਿਨਾਂ ਕਿ ਜੀ ਆ ਜਾਂਦਾ ਨਾ ਉਹ ਤਾਂ ਕੋਈ ਚੱਕਰ ਦੀ ਗੱਲ ਪਾਪਾ ਕਿੱਥੇ ਦਰ ਪਾਪਾ ਆਪਣਾ ਦਫ਼ਤਰ 'ਚ ਦਫ਼ਤਰ ਜੀ ਹੈ ਦਫ਼ਤਰ ਜੀ ਚੰਗਾ ਫਿਰ ਹੋਰ ਬੇਬੇ ਕਿੱਥੇ ਸੀ ਉਹ ਤੈਨੂੰ ਕੰਮ ਪਾਪੇ ਤੋਂ ਆ ਬੇਬੇ ਤੋਂ ਕੀ ਕਰਾਉਣਾ ਤੈਨੇ ਦੱਸ ਓਏ ਮੈਂ ਛਾੜਾ ਮੇਰੀ ਭਾਬੀ ਲੱਗਦੀ ਆ ਉਹ ਮੈਂ ਪੁੱਛ ਸਕਦਾ ਫਰਜ਼ ਨਹੀਂ ਬਣਦਾ ਮੇਰਾ ਮਰੀ ਜੇਠ ਲੱਗਦਾ ਤੂੰ ਉਹਦਾ ਪਾਵੇਂ ਜੇਠ ਲੱਗਦਾ ਰਿਸ਼ਤਾ ਤਾਂ ਭਰਜਾਈ ਦਾ ਹੀ ਹੋਇਆ ਇਹ ਤਾਂ ਚੱਲੀ ਜਾਂਦਾ ਹੁੰਦਾ ਗੱਲ ਸੁਣ ਮੈਂ ਤੈਨੂੰ ਆਏਗਾ ਨਾ ਬਾਪੂ ਤੋਂ ਮਾਲ ਵੱਧ ਲੈ ਜਾਏਗਾ ਮੜਾ ਜਾ ਓਏ ਤੂੰ ਤਾਂ 2 ਨੰਬਰ ਚ ਤੈਨੂੰ ਤਾਂ ਸਸਤਾ ਵੇਚ ਦਿੰਦਾ ਤੂੰ ਅੱਗੇ ਵੇਚ ਦਿਆ ਕਰ ਵਧੀਆ ਸਾਨੂੰ ਪੈਸੇ ਪਹੁੰਚ ਜਾਣਗੇ ਮੈਂ ਤਾਂ ਕਿਹਾ ਜੀ ਤੇਰੇ ਪਿਓ ਨੂੰ ਜੇ ਮੇਰੀ ਗੱਲ ਮੰਨੇ ਫਿਰ ਗੱਲਾਂ ਹੀ ਕਾਦੀਆਂ ਨੇ ਮੈਂ ਤਾਂ ਕਿਹਾ ਜੀ ਤੂੰ ਉਹ ਕਹਿੰਦਾ ਮਤਲਬ ਗੁੜ ਦੀ ਕਮੀ ਹੁੰਦੀ ਆ ਮੈਂ ਤੂੰ ਮੈਨੂੰ ਤਾਂ ਛਾਗਰ ਬਾਣੀ ਨਾਲ ਵਧੀਆ ਬਣਦੀ ਆ ਸਾਰਾ ਕੁਝ ਆਪਾਂ ਉਹਦਾ ਕੰਮ ਲੋਟ ਕਰ ਦਾਂਗੇ ਨਾਲੇ ਮੇਰਾ ਲੋਟ ਆ ਜੂ ਅੱਛਾ 2 ਰੁਪਏ ਮੇਰੇ ਵੀ ਬਣਨਗੇ ਨਾ ਇਹ ਵੀ ਗੱਲ ਸਹੀ ਹੌਲੀ ਹੌਲੀ ਕੰਮ ਕਰੀਦਾ ਹੁੰਦਾ ਨਾਲੇ ਇਹ ਜਾ ਸਮਝਦਾਰਾ ਤੂੰ ਪਿੰਡ ਦੇ ਬਹੁਤ ਲੱਗਦੇ ਨੇ ਤੂੰ ਆਪਦਾ ਪੜ੍ਹਾਈ ਕਰਨੀ ਧਿਆਨ ਰੱਖ ਨਾ ਉਹ ਤਾਂ ਕੋਈ ਨਹੀਂ ਇਹ ਜੇ ਕੰਮਾਂ 'ਚ ਤਾਂ ਇਹ ਨਹੀਂ ਪੈਣਾ ਨਾ ਨਾ ਮੈਂ ਤਾਂ ਕੀ ਪੈਣਾ ਤਾਂ ਵਧੀਆ ਦੀ ਮੁੰਡਾ ਮੈਨੂੰ ਲੱਗਦਾ ਇੱਥੇ ਹੀ ਬੈਠਾ ਸੁਖਦੇਵ ਸਹੀ ਗੱਲ ਉਹ ਕਿਵੇਂ ਆ ਸੁਖਦੇਵ ਸਿਆ ਵਧੀਆ ਵਧੀਆ ਤੂੰ ਆ ਗਿਆ ਬਈ ਹੋਰ ਆ ਗਿਆ ਹੋਰ ਸੁਣਾ ਵਧੀਆ ਠੀਕ ਆ ਬੁਖਾਰ ਰੱਖਿਆ ਕੰਮ ਜਾ ਹਾਂ ਓਏ ਮੈਂ ਤਾਂ ਬੁਖਾਰ ਰੱਖਿਆ ਮੇਰੀ ਗੱਲ ਸੁਣ ਲੈ ਭੁੱਲੇ ਵੇ ਕਰ ਜੀ ਉਰੇ ਆ ਹਾਂ ਉਰੇ ਆ ਅਬਲਾਈ ਮਾਰੇ ਜੀ ਤੂੰ ਤਾਂ ਲੈ ਚੁੱਕਾ ਵੇ ਮਾਰਨੇ ਗੱਲ ਹੀ ਹੈ ਹੱਥਣੇ ਮਾਪੀ ਕਰ ਤੂੰ ਆ ਜੀ ਫਿਰ ਤੂੰ ਪੱਕਾ ਪੱਕਾ ਹੋਰ ਮੀਨ ਤਾਂ ਕੋ ਬਹੁਤ ਕਰੀਏ ਯਾਰ ਪੱਕਾ ਪੱਕਾ ਹੋਰ ਕਿਤੇ ਨਾਮ ਹੈ ਤੂੰ ਚੰਗਾ ਫਿਰ ਹੈ ਚੰਗਾ ਬਈ ਗਾਹਾਂ ਨਾ ਪਈ ਰੋਲਾ ਹੋਰ ਹੋਰ ਫਿਰ ਸਕਦੇ ਭਾ ਵਧੀਆ ਗੁਰੂ ਹੂੰ ਵਧੀਆ ਵਧੀਆ ਸੈਟ ਚੁੱਕਾ ਦਾ ਜੇ ਜਿੰਨਾ ਮਰਜ਼ੀ ਲਵਾ ਲੈ ਪਰ ਮੈਨੂੰ ਦੇ 2 ਬੋਤਲਾਂ ਲੈ ਪੈਸੇ ਫੜਾ ਪੈਸੇ ਤੈਨੂੰ ਯਾਰ ਕਾਹਦੇ ਐਡਵਾਂਸ ਤਾਂ ਦੇ ਕੇ ਗਿਆ ਮੈਂ ਕਿੱਦੇ ਦੇ ਕੇ ਗਿਆ ਉਦੀ ਹੁਣ ਹਲੇ 15 ਦਿਨ ਵੀ ਨਹੀਂ ਹੋਏ ਤੂੰ ਸਕਦੇ ਮੈਂ ਨਾ ਕਰਿਆ ਕਰ ਯਾਰ ਤੇਰਾ ਪੱਕਾ ਹੈਗਾ ਕੰਮ ਹੈ ਕੋਈ ਨਾ ਕਰ ਤੂੰ ਹਾਂ ਆ ਰਹੇ ਆ ਤੂੰ ਇੱਕ ਹੋ ਜਾਏ ਇੱਕ ਹੋ 2 ਬਣ ਜਾਣਗੇ ਨਹੀਂ ਆ ਉਹ ਨਹੀਂ ਆਥਣੇ ਆਥਣੇ ਮੰਨ ਦੀ ਹੁੰਦੀ ਅਗਲੇ ਵਾਰ ਕਰਦੇ ਓਏ ਮੇਰੀ ਗੱਲ ਸੁਣ ਗੋੜਾ ਪਿਆਣੀ ਸਮਾਰ ਕੇ ਉਹ ਹੋਈ ਨਹੀਂ ਗੱਲ ਉਹ ਗੋੜਾ ਤੈਨੂੰ ਮੈਂ ਘਰਾਟੋਂ ਜਿੰਨਾ ਕਹੇ ਉਹਨਾਂ ਚ ਕਰ ਪਰ ਤੂੰ ਮੈਨੂੰ ਇੱਕ ਬੋਤਲ ਹੋਰ ਦੇ ਤੂੰ ਐ ਕਰ ਆਹ ਲੈ ਜਾ ਹੁਣ ਆਥਣੇ ਤੈਨੂੰ ਆਥਣੇ ਹੋਰ ਦੇ ਕਿਉਂ ਸਕਦੇ ਬੇਰ ਜਾਂਦੇ ਨੇ ਓਏ ਓਏ ਅੱਜ ਅੱਜ ਲੇਟ ਹੋ ਗਏ ਲੇਟ ਭਖਾਈਆ ਪੱਠੀ ਤੈਨੂੰ ਦੱਸਾਂ ਮੈਂ ਤੂੰ ਹੀ ਗੱਲਾਂ ਕਰੀਆਂ ਲੇਟ ਆ ਆਹਰੋ ਮਹਿਲਾ ਤੋਂ ਥਾਣੇਦਾਰ ਨਹੀਂ ਜੀ 2 ਗੇੜੇ ਦੇਗੀ ਮੇਰਾ ਮਸਾ ਤਰਪਾਲ ਪਈ ਤੂੰ ਐ ਪਤਾ ਮੈਂ ਉਸ ਖੜਿਆ ਲਈ ਉਹ ਸਾਈਕਲ ਤੇ ਆ ਕਾਲੀ ਬਾਸਤੇ ਤੈਨੂੰ ਪਤਾ ਮੇਰਾ ਸਰਦਾ ਨਹੀਂ ਮੈਨੂੰ ਪਤਾ ਮੈਂ ਤਾਂ ਕੋਈ ਨਾ ਤਰ ਕਰ ਦੂੰ ਆਥੇ ਆਪ ਫੜਾ ਜਾਊਂ ਮੈਂ ਹੋਰ ਦੱਸ ਪੱਕੀ ਗੱਲ ਹੋ ਗਈ ਕਿਹੜਾ ਗੁੜ ਨਹੀਂ ਮਿਲਿਆ ਮੈਨੂੰ ਤਾਂ ਗੁੜ ਤਾਂ ਤੈਨੂੰ ਮੈਂ ਕਿਹਾ ਸੀ 2 ਗੱਟੇ ਚ ਗਾਲੀ ਮੈਂ ਦੱਸ ਮੈਂ ਆਪੀ ਪੈਸੇ ਵੀ ਨਾ ਦੇ ਕੇ ਇਹਨੂੰ ਬਾਣੀਆਂ ਨਾਲ ਪੂਰੀ ਲਿਹਾ ਜਾ ਆਪਣੀ ਹਾਂ ਜੀ ਫਿਰ ਮੈਂ ਜਾਣਾ ਹਾਂ ਮੈਨੂੰ ਚਾਹੇ ਨੌ ਲੈ ਨਹੀਂ ਆਪਣਾ ਚੱਕ ਤੂੰ ਪਾ ਜਾ ਹੁਣ ਕਾ ਬਿੰਦਰ ਆਇਆ ਜੀ ਕੋਈ ਲੁਕੋ ਕੇ ਲੈ ਕੇ ਮੇਰੇ ਸਾਲਾ ਕਿਤੇ ਪੁੜੇ ਕਟਾ ਦੇ ਮੇਰੇ ਆਪਾਂ ਨੂੰ ਕਿਹੜਾ ਹੋ ਤੂੰ ਯਾਰ ਚੰਗਾ ਫਿਰ ਤੂੰ ਟਾਈਮ ਨਾਲ ਆ ਜੀ ਹੁਣ ਸ਼ਾਮ ਨੂੰ ਕੋਈ ਨਾ ਕੋਈ ਨਾ ਕੋਈ ਨਾ ਆਹੋ ਇੱਕੋ ਨੂੰ ਦੇਤੀ ਬੋਲੇ ਤੇ ਸਾਨੂੰ ਦੋ ਵਾਲ ਵਧੀਆ ਮੰਨ ਲੈ ਤਿੰਨ ਅੰਦਰ ਧਰਤੀਆਂ ਹਾਏ ਹਾਏ ਇੱਕ ਤਾਂ ਕੰਮ ਕਰਦੇ ਨਾ ਆ ਦਿਨ ਚੜ ਜਾਂਦਾ ਜਮਾ ਹੀ ਨਹੀਂ ਆਰਾਮ ਮਿਲਦਾ ਉਰੇ ਬੈਠਦੀ ਆ 2 ਘੜੀ ਮਸਾਂ ਹੀ ਵਿਹਲੀ ਹੋਈ ਓਹੋ ਕਿਆ ਸਾਪਾ ਇੱਥੇ ਵਿਆਹ ਕਰਾ ਲਿਆ ਓਹੋ ਮਸਾਂ ਪਾਣੀ ਭੱਗ ਗਿਆ ਮੇਰੇ ਸਾਲ ਦਾ ਘਰ ਆ ਜਾ ਮੱਚ ਗਿਆ ਸੀ ਸਿੰਮੂ ਕਿੱਥੇ ਆ ਸਿੰਮੂ ਪਤਾ ਨਹੀਂ ਇਧਰੋਂ ਲੰਘਿਆ ਕਿਤੇ ਉੱਥੇ ਭੱਗ ਗਿਆ ਮੇਰਾ ਪੁੱਤ ਕਹਿੰਦਾ ਦੀ ਪੈਸੇ ਲੈ ਕੇ ਜਾਣੇ ਨੇ ਐ ਕਰ ਹਾਂ ਮੈਂ ਕਿਹਾ ਕਣੀਆਂ ਜੇ ਵੀ ਆ ਗਈਆਂ ਹਨਾ ਤੂੰ ਐ ਕਰ ਨਾਲੇ ਮੈਨੂੰ ਪਾ ਲਿਆ ਰੋਟੀ ਹੈ ਨਾਲੇ ਤੂੰ ਉਹਦਾ ਕੱਪੜੇ ਪਾ ਲਿਆ ਆਪਾਂ ਉੱਥੇ ਜਾਣਾਗਾ ਧੂੜ ਕੱਪੜੇ ਪਾ ਲਾ ਉਹ ਧੂੜ ਜਾ ਕੇ ਆਉਣਾ ਗੋਲੂ ਉਹਨਾਂ ਦੀ ਦਾਦੀ ਜੀ ਬਿਮਾਰ ਆ ਮਹਾ ਆਪਾਂ ਮਿਲਿਆ ਹੀ ਏ
ਐਵੇਂ ਬਹਾਨਾ ਹੋ ਜੂ ਭੂਆ ਦਾ ਮਗਰ ਉਹ ਲੱਗ ਜੂ ਕਰਨ ਵੀ ਭਈ ਆਈ ਤਾਂ ਸਾਰਾ ਦਿਨ ਕੰਮ ਕਰ ਨਹੀਂ ਮੁੱਕਦੇ ਇੱਕ ਆ ਚੌਥੇ ਦਿਨ ਕੋਈ ਨਾ ਕੋਈ ਰਿਸ਼ਤੇਦਾਰ ਮੰਜੇ ਉਹ ਚਾਹਦਾ ਫਿਰ ਜਾਣਾ ਤਾਂ ਹੈਗਾ ਮਗਰ ਉਹ ਜਾ ਕੇ ਕੀ ਬਣਦਾ ਜਮਾ ਹੀ ਨਹੀਂ ਰਾਮ ਮਿਲਦਾ ਮੇਰੇ ਤਾਂ ਕੋਈ ਦਰਦ ਹੋਣਾ ਨਾਲੇ ਮਿਲ ਆਵਾਂਗੇ ਕੁਝ ਨਹੀਂ ਹੁੰਦਾ ਦਰਦ ਨੂੰ ਤੈਨੂੰ ਗੋਲੀ ਦਵਾ ਦੂੰ ਹੱਡ ਭੰਨਣੀ ਜੀ ਹੋ ਗਈ ਉਹ ਹੋਰ ਤੂੰ ਆ ਹੱਡ ਦੀਆਂ ਕੰਮ ਕਰਨ ਉਹ ਬਾੜੇ ਚ ਬਾਗੀ ਤੜਕੀ ਫੇਰ ਹੋ ਜਾਂਦਾ ਨਾ ਮੀਂਹ ਪੈ ਜੂਗਾ ਮੈਂ ਹੋਰ ਕਰੂ ਜੇ ਮੈਂ ਨਾ ਕਰੂੰਗੀ ਚੰਗਾ ਆਜੋ ਜੀ ਮੈਂ ਤਿਆਰ ਹਾਂ ਚਲੋ ਚਲੀਏ ਚਲ ਮੈਂ ਭਾਂਡੇ ਧਰਿਆ ਮਾ ਚਲ ਆ ਤੂੰ ਤਾਂ ਕੱਪੜੇ ਬਦਲ ਲੈਣੇ ਸੀ ਉਹ ਯਾਰ ਨਵਾਂ ਤਾਂ ਹੈਗਾ ਕੁੜਤਾ ਪਜਾਮਾ ਤੜਕੀ ਦਾ ਪਾਇਆ ਕੀ ਨਵਾਂ ਇਹ ਰਿਸ਼ਤੇਦਾਰੀ 'ਚ ਚੱਲੇ ਆ ਉਹ ਕੋਈ ਨਾ ਬੁੜੀ ਦੀ ਬਹੂ ਆਗਾ ਉੱਥੇ ਮਿਲਣਾ ਕਰ ਲਾਂਗੇ ਬੁੜੀ ਤਾਂ ਬਥੇਰਾ ਖਾਈ ਪੈਣੀ ਬੈਠੀ ਆ ਉਹ ਕੁਛ ਨਹੀਂ ਹੁੰਦਾ ਮੈਂ ਤੜਕੀ ਪਾਈ ਨੇ ਮੈਂ ਭੋਗਦੇ ਜਾਣਾ ਜੀ ਇਹਨਾਂ ਦੇ ਬੰਤ ਕੇ ਉਹਨਾਂ ਦੀ ਗੱਡੀ ਜੀ ਭਰ ਗਈ ਮਹਾ ਭਾਈ ਤੁਸੀਂ ਵਗ ਜਾਓ ਮੈਨੂੰ ਤੇਲ ਚੜਦਾ ਚੱਲ ਫਿਰ ਮੈਂ ਭੱਠੀ ਚੜਾ ਲਈ ਤੇਰੇ ਨਾਲ ਵੈਸੇ ਜਾ ਕੇ ਚਲ ਆ ਜਾ ਬਾਹਲਾ ਨਾ ਬੋਲਿਆ ਕਰ ਚਲੋ ਚਲੋ ਛੇਤੀ ਚਲ ਚਲ ਮੈਂ ਦੱਸ ਸਾਜਰੇ ਜਾ ਕੇ ਸਾਜਰੇ ਮੁੜਾਂਗੇ ਬਸ ਆਪਾਂ ਤਾਂ ਮੁੜੇ ਆਏ ਆ ਕੇ ਸੁਣੀ ਸੁਣੀ ਵੀ ਕਰਾਂਗੇ ਆਪਾਂ ਤਾਂ ਬਸ ਉੱਥੇ ਪਾਣੀ ਪੀ ਕੇ ਮੁੜ ਕੇ ਆਵਾਂਗੇ ਬਸ ਬਹੁਤਾ ਟਾਈਮ ਨਹੀਂ ਲੱਗਣਾ ਮਾੜਾ ਜਿਹਾ ਮੈਂ ਬਾਣੀ ਦਾ ਸਾਹਿਬ ਕਰਕੇ ਆਉਂ ਤੂੰ ਇੱਥੇ ਖੜ ਜੀ ਚੰਗਾ ਅੱਡੇ ਤੇ ਲੈ ਹੁਣ ਕੀ ਹੋ ਰਿਹਾ ਬਾਣੀ ਇਹਨੂੰ ਫੇਰ ਕਰ ਲਈ ਲੈ ਫੇਰ ਕੀ ਕਰਨਾ ਹੁਣ ਕਰ ਦੂੰ ਪਰਾਂ ਦੇ ਦਾਂਗੇ ਅਗਲਾ ਫੇਰ ਵੀ ਚੀਜ਼ ਦਿੰਦਾ ਰਹਿੰਦਾ ਵੇ ਹੁਣ ਆਪਾਂ ਦਾਦੀ ਦਾ ਪਤਾ ਤਾਂ ਲਿਆਈਏ ਪਹਿਲਾਂ ਉਹ ਕੋਈ ਨਾ ਆਪਾਂ ਵਾਲਾ ਹਿਸਾਬ ਕਰਕੇ ਉਹਨਾਂ ਤੋਂ ਇੱਧਰ ਖੜ ਜੀ ਚੰਗਾ ਵਿੰਦੋ ਕਾ ਮੈਂ ਹੁਣ ਦੱਸ ਹਿਸਾਬ ਕਰ ਲਈ ਬਸ ਆਪਾਂ ਤਾਂ ਮੈਂ ਹੁਣ ਫੜਾ ਆਉਂਗਾ ਪੈਸੇ ਜੇਬ ਦੇ ਨੇ ਬਸ ਉਹਦੀ ਲਫੀਤਰ ਮਾਰ ਦੂੰਗਾ ਠੀਕ ਆ ਛੇਤੀ ਆ ਜੀ ਆ ਗਿਆ ਮਦਾ ਬਸ ਪੂਰੀ ਪਈ ਜੀ ਛੇਤੀ ਆ ਜੀ ਬਸ ਚੰਗਾ ਦਸ ਬੋਤਲਾਂ ਨਿਕਲ ਜਾਣਗੀਆਂ ਤੂੰ ਚਾਰ ਪਹਿਲਾਂ ਨਿਕਲੀਆਂ 14 ਹੋ ਗਈਆਂ ਨਾ ਹੁਣ ਮੈਨੂੰ ਆ ਦੱਸ ਮੈਂ ਇਹਦੇ ਉੱਤੇ ਬੈਠ ਕੇ ਜਾਵਾਂ ਓ ਯਾਰ ਤੈਨੂੰ ਮੈਂ ਕਦੋਂ ਕਹਿੰਦੇ ਤੂੰ ਉੱਤੇ ਬੈਠ ਕੇ ਚੱਲ ਮੇਰੀ ਗੱਲ ਸੁਣ ਆਹ ਫੜ 10 ਰੁਪਏ ਮੈਥੋਂ ਪਹਿਲਾਂ ਵਗ ਜਾਏਗੀ ਸਿੱਧੂ ਬੱਸ ਤੇ ਚੜ ਕੇ ਵਗ ਜਾ ਪਿੰਡ ਚ ਵਿਆਹ ਕੇ ਸਿਆਪਾ ਹੀ ਗੱਲ ਕਰਾਤਾ ਮੈਂ ਕਦੋਂ ਕਿਹਾ ਦੀ ਛੇਤੀ ਵਗ ਜੀ ਨਾਲੇ ਸੀਟ ਲੈ ਲਈ ਚੱਲ ਜਾ ਹੁਣ ਤੂੰ ਕਿੱਥੇ ਆ ਬੁੱਜੜ ਦੇ ਮੱਥੇ ਮਾਰੀ ਆ ਅਕੰਨਾ ਸ਼ਕਲ ਲਿਆ ਕੇ ਅੱਡੇ ਤੇ ਖੜਾ ਦਿੰਦਾ ਚਲੇ ਜਾਓ ਬੱਸ ਚ ਵਾਪਸ ਸਾਡੇ ਅੜੀਆਂ ਜਾੜਿਆਂ ਨੂੰ ਇਹੀ ਦੱਸਾਂਗੇ ਹੋਰ ਯਾਰ ਇੱਕ ਗਰਮੀ ਨੇ ਬੜਾ ਹਾਲ ਕਰ ਲਿਆ ਉਹ ਆ ਵੀ ਜਵਾਨਾ ਠੀਕ ਆ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਉਹ ਆਪਣੇ ਸੁਖਦੇਵ ਦਾ ਘਰ ਜਾ ਕਿੱਥੇ ਆ ਯਾਰ ਉਹਨੂੰ ਤਾਂ ਤੱਕ ਕੰਮ ਆ ਜੀ ਕੋਈ ਉਹ ਯਾਰ ਤੈਂ ਕੰਮ ਤੋਂ ਕੀ ਲੈਣਾ ਜਿੰਨਾ ਤੈਨੂੰ ਪੁੱਛਿਆ ਨਾ ਉਹਨਾਂ ਜਵਾਬ ਦੇ ਅੱਛਾ ਜੀ ਐਂ ਕਰੋ ਜੀ ਇੱਥੋਂ ਸੱਜੇ ਜਾ ਕੇ ਜੀ ਹਾਂ ਤੋਂ ਐ ਖੱਬੇ ਮੁੜ ਜਾਓ ਜੀ ਅੱਛਾ ਫੇਰ ਖੱਬੇ ਮੁੜਨਾ ਹਾਂ ਜੀ ਹਾਂ ਚਾਰ ਘਰ ਛੱਡ ਕੇ ਜੀ ਹਾਂ ਪੰਜਵਾਂ ਗੇਟ ਆਊਗਾ ਜੀ ਉਹਨਾਂ ਦਾ ਕਾਲਾ ਅੱਛਾ ਤੇ ਕੰਧਾਂ ਚਿੱਟੀਆਂ ਨੇ ਜੀ ਅੱਛਾ ਕੰਧਾਂ ਨੂੰ ਚਿੱਟਾ ਰੰਗ ਹਾਂ ਜੀ ਚਿੱਟਾ ਰੰਗ ਠੀਕ ਆ ਠੀਕ ਆ ਚੰਗਾ ਚੰਗਾ ਹਾਲੇ ਦੇਖ ਕੇ ਬੋਲਿਆ ਕਰ ਪੰਜਾਬ ਪੁਲਿਸ ਵਾਲਿਆਂ ਨੂੰ ਤੂੰ ਹਾਂ ਪਹਿਲਾਂ ਹੀ ਤਪੇ ਰਹਿਣੇ ਅਜ ਤਾਂ ਗਰਮੀ 'ਚ ਚੱਲ ਠੀਕ ਆ ਜਾ ਆ ਲੈ ਕੈਂਪਰ ਲਿਆਦਾ ਭਰ ਕੇ ਸੰਨੀ ਕਰਤੀ ਮਾੜਾ ਜਿਹਾ ਮੈਂ ਸੱਥ 'ਚ ਜਾਇਆ ਮੈਂ ਚੰਗਾ ਚੱਲ ਜਾ ਹੋਰ ਬੈਠਿਆ ਵਾ ਬੰਦਾ ਇਹਦਾ ਮੁੱਕਦੀ ਨਹੀਂ ਗੱਲ ਸੁਣੋ ਏ ਹਾਂਜੀ ਸਾਹਿਬ ਜੀ ਆ ਸੁਖਦੇਵ ਦਾ ਘਰ ਕਿਹੜਾ ਸੁਖਦੇਵ ਸਿੰਘ ਜੀ ਸਾਹਿਬ ਜੀ ਸੁਖਦੇਵ ਸਿੰਘ ਆਪਣੇ ਦੋ ਨੇ ਜੀ ਤੁਸੀਂ ਕਿਹੜੀ ਜੀ ਗੱਲ ਕਰਦੇ ਜੀ ਉਹ ਆਪਣੇ ਜਾਗਰ ਗਿਆਲਾ ਜਾਗਰ ਗਿਆਲਾ ਜੀ ਓਹੋ ਸਾਹਿਬ ਜੀ ਤੁਸੀਂ ਤਾਂ ਫਿਰ ਗਲਤ ਆ ਗਏ ਜੀ ਇੱਧਰ ਨੂੰ ਤੁਸੀਂ ਇੱਥੋਂ ਆ ਫਿਰਨੀ ਤੋਂ ਆਪਣੇ ਸੱਜੇ ਹੋ ਜਾਓ ਜੀ
ਸੱਜੇ ਹੋ ਕੇ ਚਾਰ ਕੁ ਘਰ ਛੱਡ ਕੇ ਬੀਹੇ ਭੀੜੀ ਜੀ, ਉੱਥੋਂ ਮੁੜ ਜਿਓ ਜੀ ਫਿਰ ਖੱਬੇ ਨੂੰ, ਖੱਬੇ ਮੁੜ ਕੇ ਜੀ ਉੱਥੇ ਵਾਟਰ ਕੂਲਰ ਆਊਗਾ ਜੀ ਆਪਣਾ ਠੰਡੇ ਪਾਣੀ ਵਾਲਾ, ਉੱਥੋਂ ਵਾਟਰ ਕੂਲਰ ਤੋਂ ਤੁਸੀਂ ਸੱਤ ਕੁ ਘਰ ਛੱਡ ਕੇ ਇੱਕ ਬੀਹੀ ਫੇਰ ਆਊ, ਨੀਵੀਂ ਜੀ ਉੱਤਰਦੀ ਆ ਬਸ ਉਹ ਆਪਣੇ ਜਾਗਰ ਕੇ ਹੀ ਆ ਜੀ ਫਿਰ ਉਹ। ਸੁਖਦੇਵ ਕਿੱਥੇ ਆ ਜੀ? ਕੀ ਹੋ ਗਿਆ? ਉਹ ਕਿੱਥੇ ਆ ਸੁਖਦੇਵ ਭਾਈ, ਤੂੰ ਮੈਨੂੰ ਐਂ ਦੱਸ। ਉਹ ਤਾਂ ਪਿੰਡ ਨੂੰ ਗਏ ਹੋਏ ਨੇ। ਉਹ ਕਦੋਂ ਕਹੂਗਾ ਭਾਈ ਉਹ? ਉਹਦਾ ਤਾਂ ਕੁਛ ਨਹੀਂ ਪਤਾ ਹੈਗਾ, ਉਹਦਾ ਤਾਂ ਇਹ ਨਹੀਂ ਪਤਾ ਇੱਕ ਪਿੰਡ 'ਚੋਂ ਦੂਜੇ ਪਿੰਡ ਨਿਕਲ ਜੇ, ਗੱਲਾਂ ਦਾ ਗਲਾਕੜ ਤਾਂ ਹੈਗਾ, ਪਰ ਕੀ ਹੋ ਗਿਆ ਮੈਨੂੰ ਦੱਸ ਦਿਓ ਕੋਈ ਕੰਮ ਆ। ਭਾਈ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ, ਮੈਂ ਤਾਂ ਹੀ ਆਇਆ ਸੀ ਸੁਖਦੇਵ ਲਵੇ। ਕੀ ਹੋ ਗਿਆ? ਹੋਣਾ ਕੀ ਸੀ, ਕਿਸੇ ਨੇ ਆਪਣੇ ਸੁਖਦੇਵ ਬਾਰੇ ਦੱਸਤਾ, ਕਹਿੰਦਾ ਉਹ ਤਾਂ ਆਹ ਕੰਮ ਕਰਦਾ, ਸੀ ਆਈ ਡੀ ਕਰਤੀ ਕਿਸੇ ਨੇ ਪੁਲਿਸ ਨੂੰ, ਮੈਂ ਤਾਂ ਹੀ ਆਇਆ ਕੰਮ ਛੱਡ ਕੇ ਹਿਬੜ ਦੇ ਬੜ ਕਰਦਾ, ਹੋਰ ਕਿਤੇ ਕਸੂਤਾ ਕੰਮ ਹੋ ਜੇ। ਹੁਣ ਕੀ ਕਰੀਏ ਫਿਰ? ਹੁਣ ਕਰਨਾ ਕੀ ਆ, ਉਹਨੂੰ ਆਪਦੀ ਪੱਠੀ ਪੁੱਠੀ ਟੰਡਾ ਫਾਂਡੜ ਜੋ ਵੀ ਆ ਤੁਹਾਡਾ ਭਾਂਡਾ ਠੀਕਰ ਉਹਨੂੰ ਸਾਂਭ ਦਿਓ, ਨਾਲੇ ਜਦੋਂ ਪੁਲਿਸ ਵਾਲਾ ਆ ਗਿਆ ਘਰੇ ਬੈਠ ਗਿਆ ਉਹਨੂੰ ਪਊਆ ਦੀ ਦਿਖਾਉਣਾ, ਉਹਨੂੰ ਐਂ ਕਹੀਂ ਵੀ ਛੱਡ ਲਵੇ ਤਾਂ ਇਹੀ ਬਚਿਆ ਸੀ, ਠੀਕ ਹੈ? ਠੀਕ ਆ, ਨਾਲੇ ਇਹੋ ਜਿਹੇ ਕੰਮ ਤੋਂ ਬਚ ਕੇ ਰਿਹਾ ਕਰੋ, ਉਹਨੂੰ ਜੇ ਆ ਗਿਆ ਠੀਕ ਹੈ, ਨਹੀਂ ਤੂੰ ਸਾਂਭ ਲਈ ਸਾਰੀ ਗੱਲ, ਨਾਲੇ ਚੀਚਨੇ ਦਾ ਕੰਮ ਵਿੱਚ ਹੀ ਅੜਜੂ, ਨਾਲੇ ਅੱਡ ਕਟਾਪਾ ਚੜੂ ਉਹ ਅੱਡ, ਨਾਲੇ ਜਿਹੜਾ ਉਹਦਾ ਕੰਮ ਵਿਗੜੂ ਉਹ ਵੀ ਅੱਡ। ਠੀਕ ਆ, ਠੀਕ ਹੈ, ਮੈਂ ਤਾਂ ਪਹਿਲਾਂ ਹੁਣ ਕਹਿ ਦੀ ਉਹਨੂੰ ਸਾਰਾ ਕੁਛ, ਨਾਲੇ ਮੇਰਾ ਕੰਮ ਵਿੱਚ ਹੀ ਰੁਲ ਗਿਆ। ਉਹ ਕੀ ਹਾਲ ਆ? ਵਧੀਆ ਵਧੀਆ, ਲੰਘ ਗਿਆ। ਕਿਆ ਹੋ ਸਕਦੇ ਬਾ, ਦੇ ਦੀ ਦਾਰੂ ਦੀ ਬੋਤਲ। ਉਹ ਦੇ ਦੀ ਤੂੰ ਕਿਉਂ ਕਣਖਾ ਕਣਖਾ ਜਾਗਦਾ ਦੀ, ਮੈਨੂੰ ਸਾਰਾ ਪਤਾ, ਤੂੰ ਕਿੱਥੇ ਦੇਖਦਾ ਹੁੰਦਾ ਮੇਰੇ ਕਿ ਨਹੀਂ। ਹਾਂ ਮੈਂ ਤਾਂ ਕੀ ਕਣਖਾ ਜਾਗਦਾ ਤੇਰੇ ਕਿ ਨਹੀਂ, ਨਾਲੇ ਜੇ ਤੈਨੂੰ ਮੇਰੇ ਬਾਰੇ ਸਾਰਾ ਕੁਛ ਪਤਾ ਨਾ, ਮੈਨੂੰ ਵੀ ਤੇਰੇ ਬਾਰੇ ਸਾਰਾ ਕੁਛ ਪਤਾ। ਕੀ ਪਤਾ ਤੈਨੂੰ ਮੇਰੇ ਬਾਰੇ, ਉਹ ਦੱਸੀ। ਜਿਹੜਾ ਤੂੰ ਚੋਰੀ ਸਿੱਪੇ ਚੀਜ਼ਾਂ ਫੜਾਉਣਾ ਨਾ, ਮੈਨੂੰ ਸਭ ਪਤਾ ਹੈ ਤੂੰ ਕੀ ਕਰਦਾ। ਕੰਮ ਕਰਦਾ ਮੈਂ, ਮੈਂ ਕੀ ਫੜਾਤਾ, ਅਗਲਾ ਲੈਣ ਆਉਂਦਾ ਫੜਾਉਣੇ ਆ। ਜਿੱਦੇ ਚੜ ਗਿਆ ਨਾ ਪੁਲਿਸ ਦੇ ੜੇਕੇ ਮਿੱਤਰਾ, ਇਹੋ ਜੀ ਫਸੇਗਾ, ਬੜਾ ਕਸੂਤਾ ਫਸੇਗਾ, ਤੂੰ ਤਾਂ ਫਸੇਗਾ ਹੀ, ਨਾਲ ਤੇਰਾ ਟੱਬਰ ਫਸੂਗਾ, ਜਿਹੜਾ ਸੋਡੇ ਵਾਲਾ ਮਾਰਦਾ ਫੁਕਰੀ ਫਿਰਦਾ ਨਾ ਸਾਰੇ ਪਿੰਡ, ਕਹਿੰਦਾ ਕੈਨੇਡਾ ਜਾਣਾ ਮੈਂ, ਜਹਾਜ਼ ਦੀ ਬਾਰੀ ਨੂੰ ਪਾਉਣਾ ਹੱਥ, ਵਗ ਲਿਆ ਕੈਨੇਡਾ। ਐ ਕਿਵੇਂ ਜਾਊਗਾ? ਹਾਂ ਦੇਖੀ ਕਿਵੇਂ ਜਾਊਗਾ, ਬੈਠਾ ਬਤਾ, ਆ ਬੈਠਾ, ਕੰਮ ਕਰ ਕਰ ਲਿਆ। ਮੈਂ ਕਰਦਾ ਨੀ, ਮੈਂ ਕਰਦਾ ਨੀ, ਤਾਂ ਕੀ ਲੈਣਾ, ਸਾਰਾ ਦਿਨ ਪਹਿਲਾਂ ਫਿਰਦਾ ਰਹਿਣਾ, ਫਿਰੂੰਗਾ ਤੇ ਇੱਥੋਂ ਮੰਗਦਾ। ਲੋਕਾਂ ਦੇ ਚੁੱਲ੍ਹੇ ਅਗਣੀ ਝਾਕਣੀ ਉਹ ਗੁਰੂ ਆਪਦਾ ਕਰ ਲਿਆ ਕਰੋ, ਆਪ ਦੇ ਘਰੇ ਪਕਾ ਕੇ ਖਾਂਦੇ, ਕਿਹਦੇ ਚੁੱਲ੍ਹੇ ਅਗਣੀ ਝਾਕਦਾ ਦੱਸੀ, ਤੁਰੇ ਫਿਰਦੇ ਰਹੇ ਖਾਣ ਕੋ ਤੁਰੇ ਮੇਰੇ ਸਾਰੇ ਨੰਗਾ, ਆ ਮੱਚਦਾ ਤੇ ਇੱਥੋਂ ਕਿੱਦੇ ਮੰਗਲਾ ਨੰਗਲੂ, ਇਹ ਆਪਦਾ ਕਰਕੇ ਖਾਂਦੇ ਆ, ਤੇਰੇ ਕੋਲ ਕਿੱਦੇ ਆ ਗਿਆ ਮੈਂ, ਮੇਰੇ ਸਾਰੇ ਖਾ ਲਿਆ ਹੱਗ ਲਿਆ, ਹੋਰ ਕੋਈ ਕੰਮ ਨਹੀਂ ਮਿਲਿਆ ਨਤੀਜਾ, ਲੱਛਣ ਦਾ ਸੋਡੇ ਕੀ ਨੇ, ਉਦੋਂ ਬਗ ਜਾ ਕਰ, ਜਾਂਦਾ ਨੀ, ਮੈਂ ਤਾਂ ਪਹਿਲਾਂ ਬੈਠਾ ਲੰਘ ਇੱਥੋਂ, ਉਦੋਂ ਬਗ ਜਾ ਬਗ ਜਾ, ਹੁਣ ਮੇਰੇ ਸਵਾਲ ਨੇ ਸਾਰਾ ਚੌਰਾ। ਭਾਈ ਸੁਖਦੇਵ ਦਾ ਘਰ ਇਹੀ ਹੈ? ਹਾਂਜੀ ਇਹੀ ਹੈ ਜੀ। ਕਿੱਥੇ ਭਾਈ ਉਹ? ਉਹ ਇੱਥੇ ਹੀ ਹੋਣੇ, ਬਸ ਆਉਂਦੇ ਹੀ ਹੋਣੇ ਆ। ਬੁਲਾਇਓ ਜੀ ਉਹਨਾਂ ਨੂੰ, ਮਾੜਾ ਜਿਹਾ ਜ਼ਰੂਰੀ ਕੰਮ ਆ ਬਹੁਤ। ਤੁਸੀਂ ਬੈਠੋ ਮੜ ਜਾ ਸਰ, ਮੈਂ ਬੁਲਾ ਕੇ ਲਈ। ਠੀਕ ਹੈ ਜੀ, ਉਹ ਆ ਜਾ ਭਾਈ ਸੁਖਦੇਵ। ਆ ਪੁਲਿਸ ਵਾਲਾ ਕਿਵੇਂ ਆਇਆ? ਵੀ ਤੈਨੂੰ ਫੜਨ ਆਇਆ ਇਹ। ਕਿਉਂ? ਤੈਨੂੰ ਕਿੰਨੀ ਵਾਰੀ ਕਿਹਾ ਸੀ ਆ ਮਾੜੇ ਲੱਛਣ ਛੱਡ ਦੇ, ਆ ਭੱਠੀ ਫੜਨ ਆਇਆ ਤੇਰੀ, ਪਿੰਡ 'ਚੋਂ ਕਿਸੇ ਨੇ CID ਕਰਤੀ, ਮੈਨੂੰ ਤਾਂ ਬਿੰਦਰ ਖੰਡਿਆਲਾ ਵਾਲਾ ਦੱਸ ਕੇ ਗਿਆ। ਕੀ ਕਹਿੰਦਾ ਤੀ? ਕਹਿੰਦਾ ਪੁਲਿਸ ਤੁਹਾਡਾ ਘਰ ਲੱਭਦੀ ਫਿਰਦੀ ਆ, ਆਉਣ ਵਾਲੀ ਆ, ਬਸ ਹੁਣ ਹੀ ਕਹਿ ਕੇ ਗਿਆ, ਇੰਨੇ ਨੂੰ ਪੁਲਿਸ ਆ ਗਈ, ਸਕੀਮ ਦੱਸ ਕੇ ਗਿਆ। ਕੀ ਕਹਿੰਦਾ? ਤੈਨੂੰ ਦੱਸ ਦੇ। ਮੈਨੂੰ ਕਹਿ ਕੇ ਗਿਆ, ਕਹਿੰਦੇ ਜੇ ਪੁਲਿਸ ਆਵੇ ਨਾ, ਬਸ ਉਹਨੂੰ ਬੋਤਲ ਇੱਕ ਦੇ ਦਿਓ, ਕਹਿ ਦਿਓ ਉਹਦੀ ਕੁੜੀ ਦੇ ਵਿਆਹ ਦੀ ਬੱਚੀ ਹੋਈ ਆ, ਬਚ ਜਾਾਂਗੇ। ਹਾਂ ਇੱਕ ਬੋਤਲ ਲੈ ਕੇ ਆ ਜਾ, ਭੱਗ ਜਾ, ਇੱਕੋ ਹੀ ਲੈ ਕੇ ਆਈ। ਚੱਲ ਚੱਲ ਚੱਲ, ਚੰਗਾ ਸਰ ਸਰ ਕਹਿ ਕੇ ਗੱਲ, ਚੰਗਾ। ਸਰ ਜੀ, ਮਾਈ ਬਾਪ ਥਾਣੇਦਾਰ ਜੀ। ਉਹ ਕੌਣ ਆ ਭਾਈ ਤੂੰ? ਬਖਸ਼ ਦੋ ਜੀ। ਉਹ ਕੌਣ ਆ ਤੂੰ? ਪੁੱਲ ਚੁੱਕ ਹੋ ਗਈ ਜੀ। ਉਹ ਕਿਹੜੀ ਪੁੱਲ ਚੁੱਕ ਹੋ ਗਈ, ਹੈਗਾ ਕੌਣ ਆ ਤੂੰ? ਸੁਖਦੇਵ ਆ ਜੀ ਮੈਂ।
अच्छा तू आ सकदे वो हां जी चल बैठ उरे खड़ा हो ना जी ओए खड़ा हो मैं डर लगदा इस उठो ओ कुछ नहीं कहंदा मैं तू खड़ा हो रे बैठ मुंडा किथे रहने तेरा मुंडे नु तो छड़ दो जी मुंडे ते तेरे सौलियां ने जी मुंडा दा बीमार है मेरा जी ओ फिर मैं केड़ा ओदा ऑपरेशन करना आ हां जी मैं दा कम आया तू नु बुला किथे आ मुंडा नहीं जा सकदा सानू ही दस दो जी ले जी तू मुंडे नु बुला सीधा हो गए यार असि तो जी इन्नी की कड्डी थी जी बस कुड़ी दे ब्याह वेले कड्डी थी जी इन्नी कहू नहीं कड़दे सी जी ना साले तुसी दारू कड़दे होए ऐतवार नु कड लेने कल्ली जी बाकी दिन ता फ्री हुन्ने जी तुंडा कढाउणा कोई नहीं ऐतवार सोमवार भी कड्या करोगे तुसी खड़ोगे तक आही थी जी साडे लबदा होर कुछ नहीं जी साडे चुप कर जा तू चुप हुन कमेंट खड़ है जी चुप कर जा बोली ना हुन हाला होया है जी दा आहा जी रिपोर्टा जी ना जी हेलो हेलो हां जी सर जी आ लौंगवाल वाले बंदे फड़े गए जी ए सरयाम पट्ठी लागे दारू कढ़दे ने घरे किथे गड्डी जी आही थी ओ तू चुप कर जा ओए इत्थे आ जाओ जी पहुंच जाओ करा सारे ऊपर जे की चढ़ी जाना ओए सर जी मैं खंघ दी दवाई करके पीना जी कोई ना दिना साले तेनू उत्थे जाके बिक्स दी गोली मैं साले साले थोड़े वर्गे चोर ना आप ही फड़े जांदे ने मैं थोनू फड़न दी आया सी इत्थे आ थोड़े मुंडे दी पासपोर्ट दी इनक्वायरी लई आया सी